ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਰਾਗ ਚੰਦਰ ਕੋਂਸ ਦੇ ਵਿੱਚ ਬੰਦਿਸ਼ ਕਰਾਂਗੇ। ਪਾਵਨ ਸ਼ਬਦ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣਹੇ, ਜੇਤਾ ਸੁਨਹੇ ਤੇਤਾ ਬਖਿਆਨਹੇ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚੋਂ ਆਪਾਂ ਇਹ ਸ਼ਬਦ ਕਰਾਂਗੇ। ਉਸ ਤੋਂ ਪਹਿਲਾਂ ਆਓ ਰਾਗ ਚੰਦਰ ਕੋਂਸ ਬਾਰੇ ਕੁਝ ਜਾਣਕਾਰੀ ਲੈ ਲਈਏ। ਰਾਗ ਹੈ ਚੰਦਰ ਕੋਂਸ, ਇਸਦੀ ਥਾਟ ਹੈ ਕਾਫੀ, ਇਸਦਾ ਵਾਦੀ ਸਵਰ ਹੈ ਮੱਧਿਅਮ ਯਾਨੀ ਕਿ ਮਾ, ਸੰਵਾਦੀ ਸਵਰ ਹੈ ਸ਼ੜਤ ਯਾਨੀ ਕਿ ਸਾ। ਰਾਗ ਚੰਦਰ ਕੋਂਸ ਦੀ ਜਾਤੀ ਹੈ ਔੜਵ, ਔੜਵ ਯਾਨੀ ਕਿ ਅਰੋ ਵਿੱਚ ਵੀ ਪੰਜ ਸਵਰ ਲੱਗਣੇ ਹਨ ਅਤੇ ਅਵਰੋ ਵਿੱਚ ਵੀ ਪੰਜ ਸਵਰ ਲੱਗਣੇ ਹਨ। ਇਸ ਨੂੰ ਗਾਉਣ ਦਾ ਸਮਾਂ ਹੈ ਅੱਧੀ ਰਾਤ। ਇਸ ਵਿੱਚ ਲੱਗਣ ਵਾਲੇ ਸਵਰ ਗਾ ਅਤੇ ਧਾ ਕੋਮਲ, ਬਾਕੀ ਸਾਰੇ ਸ਼ੁੱਧ ਸਵਰ ਲੱਗਣੇ ਹਨ। ਵਰਜਿਤ ਸਵਰ ਰੇ ਅਤੇ ਪਾ, ਰੇ ਅਤੇ ਪਾ ਇਸ ਵਿੱਚ ਨਹੀਂ ਲੱਗਦੇ ਹਨ। ਇਹ ਦੋ ਸਵਰ ਰਾਗ ਚੰਦਰ ਕੋਂਸ ਦੇ ਵਿੱਚ ਨਹੀਂ ਯੂਜ ਕੀਤੇ ਜਾਂਦੇ ਹਨ। ਦੇ ਅਰੋ ਅਵਰੋ ਅਤੇ ਪਕੜ ਦੇਖੋ ਜੀ ਕਿਸ ਤਰ੍ਹਾਂ ਵਜਾਣੇ ਹਨ। ਸ਼ਬਦ ਗਾਇਨ ਕਰਕੇ ਦੱਸਾਂਗਾ। ਚੱਪ ਤਾਲ ਦੇ ਵਿੱਚ ਇਹ ਬੰਦਿਸ਼ ਹੈ। ਚੱਪ ਤਾਲ ਦੀਆਂ 10 ਮਾਤਰਾ ਹੁੰਦੀਆਂ ਹਨ। ਤਬਲੇ ਦੀ ਤਾਲ ਦੇ ਨਾਲ ਸੰਪੂਰਨ ਸ਼ਬਦ ਗਾਇਨ ਕਰਾਂਗਾ। ਲਾਸਟ ਵਿੱਚ ਜਾ ਕੇ ਅਸਥਾਈ ਅਤੇ ਅੰਤਰੇ ਦੀ ਬੰਦਿਸ਼ ਸਰਗਮ ਬੋਲ ਕੇ ਦੱਸਾਂਗਾ ਅਤੇ ਸਰਗਮ ਤੁਹਾਨੂੰ ਲਾਸਟ ਵਿੱਚ ਵੀਡੀਓ ਵਿੱਚ ਹੀ ਦਿਖਾ ਦੇਵਾਂਗਾ। ਅਤੇ ਇਸਦੀ ਜਿਹਨਾਂ ਨੇ ਨੋਟੇਸ਼ਨ ਲੈਣੀ ਹੈ ਮੇਰੇ ਫੇਸਬੁੱਕ ਪੇਜ ਸਤਨਾਮ ਸਿੰਘ ਖਾਲਸਾ ਮੇਰਾ ਫੇਸਬੁੱਕ ਪੇਜ ਹੈ, ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ, ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ।
ਸਾਧ ਕੀ ਸੋ
ਚੰਦਰ ਕੋਸ ਦੀ ਸੰਪੂਰਨ ਸ਼ਬਦ ਬੰਦਿਸ਼ ਵਿੱਚ ਗਾਇਨ ਕਰਕੇ ਦੱਸ ਦਿੱਤਾ ਗਿਆ ਹੈ। ਹੁਣ ਤੁਸੀਂ ਇਸ ਨੂੰ ਲਿਖ ਲਓ, ਮੈਂ ਇੱਕ ਵਾਰ ਵੀਡੀਓ ਵਿੱਚ ਤੁਹਾਨੂੰ ਦਿਖਾ ਦਿੰਦਾ ਹਾਂ ਰਾਗ ਚੰਦਰ ਕੋਸ, ਇਸ ਦਾ ਵਿਵਰਣ ਲਿਖ ਲਓ। ਜਿਨ੍ਹਾਂ ਨੇ ਇੱਥੋਂ ਲਿਖਣਾ ਹੈ ਲਿਖ ਸਕਦੇ ਹੋ, ਇੱਥੇ ਨੂੰ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇਹ ਵਿਵਰਣ ਲਿਖ ਲਓ ਜੀ। ਨੈਕਸਟ ਪੇਜ 'ਤੇ ਅਸਥਾਈ ਦੀ ਸਰਗਮ, ਇਹ ਤੁਸੀਂ ਪੌਜ਼ ਕਰਕੇ ਵੀਡੀਓ ਲਿਖ ਲਓ। ਜਿਨ੍ਹਾਂ ਨੇ ਮੇਰੇ ਫੇਸਬੁੱਕ ਪੇਜ ਤੋਂ ਡਾਊਨਲੋਡ ਕਰਨੀ ਹੈ ਉੱਥੇ ਜਾ ਕੇ ਵੀ ਡਾਊਨਲੋਡ ਕਰ ਸਕਦੇ ਹੋ, ਉੱਥੇ ਮੈਂ ਅਪਲੋਡ ਕਰ ਦਿੱਤੀ ਹੈ। ਮੇਰਾ ਫੇਸਬੁੱਕ ਪੇਜ ਹੈ ਸਤਨਾਮ ਸਿੰਘ ਖਾਲਸਾ, ਉਸਨੂੰ ਲਾਈਕ ਕਰ ਲੈਣਾ ਹੈ, ਕਿਉਂਕਿ ਜਿੰਨੀਆਂ ਵੀ ਮੈਂ ਇਸ ਚੈਨਲ 'ਤੇ ਬੰਦਿਸ਼ਾਂ ਰਾਗਾਂ ਦੀਆਂ ਗਾਇਨ ਕੀਤੀਆਂ ਹਨ ਉਹ ਸਾਰੀਆਂ ਲਿਖਤ ਰੂਪ ਵਿੱਚ ਮੇਰੇ ਫੇਸਬੁੱਕ ਪੇਜ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਹ ਹੈ ਅੰਤਰਾ। ਠੀਕ ਹੈ ਜੀ, ਇੱਕ ਵਾਰ ਅਸਥਾਈ ਦੀ ਸਰਗਮ ਦੇਖ ਲਓ। ਸਾ ਸਾ ਨੀ ਧਾ ਮਾ ਗਾ ਗਾ ਮਾ 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 ਗਾ ਗਾ ਮਾ 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 ਧ ਗਾ ਮਾ ਮਾ ਗਾ ਸਾ 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 ਧਾ ਧਾ ਨੀ ਸਾ ਸਾ ਮਾ 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 ਗਾ ਗਾ ਮਾ 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 ਧ ਗਾ ਮਾ ਮਾ ਗਾ ਸਾ 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 ਧਾ ਧਾ ਨੀ ਸਾ ਸਾ ਮਾ 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 ਗਾ ਗਾ ਇਸ ਤੋਂ ਬਾਅਦ ਅਸਥਾਈ ਦੀ ਇਹ ਵਾਲੀ ਲਾਈਨ, ਜੇਤਾ ਸੁਨੇਹੇ ਤੇਥਾ ਬਖਿਆਨੀ, ਇਹ ਲਾਈਨ ਲੈ ਕੇ ਅਸਥਾਈ ਵਿੱਚ ਤੁਸੀਂ ਮੁੜ ਕੇ ਆ ਜਾਣਾ। ਇਹ ਜਿਹੜੀ ਬੰਦਿਸ਼ ਹੈ ਥੋੜ੍ਹੀ ਟਫ ਬੰਦਿਸ਼ ਹੈ, ਉਹ ਹੀ ਕਰਨ ਜਿਹੜੇ ਆਲਰੇਡੀ ਕੀਰਤਨ ਸਿੱਖ ਰਹੇ ਹਨ ਜਾਂ ਕੀਰਤਨ ਕਰਦੇ ਹਨ, ਕਲਾਸੀਕਲ ਸਿੱਖਦੇ ਹਨ, ਗੁਰਮਤਿ ਸੰਗੀਤ ਸਿੱਖ ਰਹੇ ਹਨ, ਉਹ ਹੀ ਇਸ ਰਾਗ ਚੰਦਰ ਕੋਸ ਦੀ ਬੰਦਿਸ਼ ਨੂੰ ਕਰਨ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ, ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ, ਉਹਨਾਂ ਸਾਰਿਆਂ ਨਾਲ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਸਾਰੀ ਹੀ ਸੰਗਤ ਫਰੀ ਵਿੱਚ ਕੀਰਤਨ ਸਿੱਖ ਸਕੇ ਜੀ। ਅਤੇ ਜਿਨ੍ਹਾਂ ਨੇ ਔਨਲਾਈਨ ਕੀਰਤਨ ਕਲਾਸਿਸ ਜੁਆਇਨ ਕਰਨੀ ਹੈ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਨੰਬਰ ਦਿੱਤਾ ਹੈ ਮੋਬਾਈਲ ਦਾ, ਉਸ ਤੋਂ ਕੰਟੈਕਟ ਕਰਕੇ ਮੇਰੇ ਕੋਲ ਵਟਸਐਪ 'ਤੇ ਔਨਲਾਈਨ ਕਲਾਸਿਸ ਵੀ ਜੁਆਇਨ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।